ਆਪ ਉੱਤੇ ਚਲੀਏ ਉੱਥੇ ਸਬਜ਼ੀ ਹੱਲ ਅੱਜ ਵੇਖੀਏ ਮਿਰਚਾਂ ਟਿੰਡੇ ਕਰੇਲੇ ਸਾਰਾ ਕੁਛ ਚੱਲ ਖਾਂ ਵੇਖੀਏ ਸਬਜ਼ੀ ਲਾਈ ਹੋਈ ਹੈ ਵੇਖੀਏ ਹਾਂ ਪਾਣੀ ਲਾਈਏ ਹੁਣ ਇਹ ਹਿਸਾਬ ਕਿਤਾਬ ਹੈ ਸਬਜ਼ੀ ਹੈ ਸਾਰੀਆਂ ਮਿਰਚਾਂ ਕਿਉਂਕਿ ਬੜੀ ਮਹਿੰਗੀ ਹੋ ਗਈ ਹੈ ਨਾ ਹਰ ਚੀਜ਼ ਪਾਕਿਸਤਾਨ ਵਿੱਚ ਬੜੀ ਮਹਿੰਗੀ ਹੋ ਗਈ ਜੀ ਹਾਂ ਇਸ ਵਾਸਤੇ ਮੈਂ ਕਿਹਾ ਕੁਝ ਆਪ ਵੀ ਲਾ ਕੇ ਵੇਖੀਏ ਜੱਗਾ ਕਿਹਦੇ ਗਿਆ ਸੀ ਉਹਦਾ ਕਿ ਮੋਟਰਸਾਈਕਲ ਲੈ ਮੈਂ ਜਾਣਾ ਸੀ ਤੇਲ ਲੈਣ ਡੀਕਦਾ ਪਿਆ ਵਾਂ ਦਿਆ ਉੱਠਣਾ ਲਾ ਜੇ ਹਲਾ ਲਾ ਛੱਡ ਉੱਥੋਂ ਪਾਣੀ ਲਾ ਛੱਡ ਹਲ ਬਾ ਉੱਥੋਂ ਲਾ ਪਰੂ ਖਲੋ ਜਾ ਖਲੋ ਜਾ ਤੁਸੀਂ ਨਾ ਲਾਓ ਖਲੋ ਜਾ ਵੇਖ ਮੇਰਾ ਪੁੱਤਰ ਮਿਰਚਾਂ ਨਾ ਨਾ ਖਰਾਬ ਕਰੀ ਸਬਜ਼ੀ ਕਿਹੜੀ ਹੈ ਨਾ ਉਹ ਵੇਖ ਧਿਆਨ ਨਾਲ ਮੈਂ ਕਿਹਾ ਸਬਜ਼ੀ ਹੈ ਤਾਂ ਪਾਣੀ ਪੂਣੀ ਲਾ ਲਈਏ ਹਾਂ ਲਾਈਏ ਅਜੇ ਪਾਣੀ ਦੀ ਲੱਗਣ ਵਾਲਾ ਉਹ ਅਗਲੀ ਸਾਈਡ 'ਤੇ ਅੰਜ ਖੜੀਆਂ ਬਈ ਆਂ ਕਿਤੇ 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 ਪਾਣੀ ਜਾਣਾ ਅਗਰ ਲਾ ਨਾ ਅੱਗੋਂ ਅੰਜ ਬਣਾ ਥਾਂ ਖਲੋ ਜਾ ਖਲੋ ਜਾ ਹੱਥਾਂ ਨਾਲ ਬਣਾਉਣੀ ਹੈ ਛੱਡ ਜਾਓ ਕਈ ਨਾਲ ਨਾ ਬਣਾਇਆ ਜੀ ਮੇਰਾ ਪੁੱਤਰ ਹੱਥਾਂ ਨਾਲ ਹੱਥਾਂ ਨਾਲ ਬਣਾਓ ਹੱਥਾਂ ਨਾਲ ਵੇਖੋ ਬਈ ਮਿਰਚਾਂ ਨਾ ਹੱਥ ਪੱਟੀ ਅੰਜ ਲਾ ਦਿਓ ਲਾ ਦਿਓ ਪੂਰਾ ਕਰ ਦਿਓ ਸਬਜ਼ੀ ਨਾ ਪੱਟਿਆ ਜੇ ਬਈ ਇੱਦੂ ਨਹੀਂ ਪੁੱਤਰਾ ਉਦੂ ਇੱਥੇ ਇੱਥੇ ਕੋਈ ਨਹੀਂ ਚਲੋ ਇੱਦੂ ਇੱਦੂ ਲੱਗਦਾ ਹੋਣਾ ਨਾ ਇੱਦੂ ਇੱਦੇ ਦਾ ਭਰਾ ਭਰਾ ਉਹ ਲਾਓ ਤੂੰ ਪਹਿਲਾਂ ਉਹ ਤੂੰ ਭਰੋ ਕਦੇ ਟੋਕ ਕਰ ਸੋ ਕਿੱਥੋਂ ਚੰਗਾ ਪਾਣੀ ਪਵੇ ਹਾਂ ਚੰਗਾ ਇੱਥੇ ਪਾਉਣਾ ਇੱਥੇ ਇੱਥੋਂ ਚੰਗਾ ਕਿਤੇ ਪਾਉਣਾ ਉਹ ਉੱਪਰੋਂ ਨੀਵੀਂ ਥਾਂ ਤੋਂ ਗੁੜ ਤੋਂ ਲਾ ਉੱਥੋਂ ਚੰਗਾ ਪਾਉਣਾ ਮੇਰਾ ਪੁੱਤਰ ਅੱਗੋਂ ਗਰਮੀ ਹੈ ਬੜੀ ਗਰਮੀ ਦੇ ਵਿੱਚ ਪਾਣੀ ਦੇ ਸਬਜ਼ੀ ਨੂੰ ਰੇੜਾ ਲਾਉਣਾ ਪਾਉਣਾ ਕਰਨਾ ਇਹਨੂੰ ਆਹੀ ਸਮਝ ਅਵੇ ਆਪਣਾ ਕਿੱਥੇ ਰੱਦਾ ਮਾਰਨਾ ਪਿਆ ਇੱਥੇ ਕੀ ਆ ਆਹ ਥੱਲੇ ਆ ਗਿਆ ਮਰਜ਼ ਤਾਂ ਨਹੀਂ ਅਗਲੀ ਅਗਲੀ ਮਰਜ਼ ਤਾਂ ਨਹੀਂ